ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਪ੍ਰੀਤ ਜੀ ਦੀ ਨਿਊਯਾਰਕ ਤੋਂ ਇਹ ਲਿਖਦੇ ਹਨ ਪਹਿਲੇ ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਫਾਕ ਦੀ ਗੱਲ ਹੈ ਕਿ ਤੁਸੀਂ ਆਪਣੇ 8 ਜੁਲਾਈ 2015 ਦੇ ਪ੍ਰੋਗਰਾਮ ਚ ਭਾਈ ਕੁਲਵੀਰ ਸਿੰਘ ਬੜਾ ਪਿੰਡ ਨਾਲ ਐਲਏ ਦੀ ਜੇਲ੍ਹ ਚ ਮੁਲਾਕਾਤ ਪਾਰੇ ਆਪਣਾ ਅਨੁਭਵ ਸਾਂਝਾ ਕੀਤਾ ਤੁਸੀਂ ਕੁਝ ਦੇਰ ਪਹਿਲਾਂ ਸਿੰਥੀਆ ਕੈਪਲੇ ਅਤੇ ਉਹਨਾਂ ਦੀ ਕਿਤਾਬ ਬਾਰੇ ਜ਼ਿਕਰ ਕੀਤਾ ਸੀ ਮੇਰੇ ਵਰਗੇ ਬੇਸਮਝ ਲੋਕਾਂ ਲਈ ਤੁਹਾਡੇ ਸ਼ੋਅ 'ਚ ਸਿੱਖ ਲਈ ਐਨਾ ਕੁਝ ਹੈ ਕਿ ਮੈਂ ਆਪਣੇ ਕੋਲ ਸ਼ੋਅ ਦੇਖਣ ਸਮੇਂ ਪੈਨ ਪੇਪਰ ਰੱਖਦੀ ਹਾਂ ਜੋ ਗੱਲ ਮੇਰਾ ਧਿਆਨ ਖਿੱਚੇ ਉਹ ਮੈਂ ਫੁਰਨ ਲਿਖ ਲੈਂਦੀ ਹਾਂ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਸਿੱਖਿਤ ਕਰਦੀ ਹਾਂ ਮੈਂ ਉਸ ਕਿਤਾਬ ਦੀ ਕਾਪੀ ਇੰਟਰਨੈਟ ਤੋਂ ਲੱਭ ਲਈ ਹੈ ਮੈਨੂੰ ਹੁਣੇ ਹੀ ਮੇਲ ਰਾਹੀਂ ਇੱਕ ਕਿਤਾਬ ਹਾਸਲ ਹੋਈ ਹੈ ਅਤੇ ਅਜੇ ਮੈਂ ਮੁਕੰਬੰਧੀ ਪੜਿਆ ਹੈ ਮੇਰਾ ਇੱਕ ਸਵਾਲ ਹੈ ਕਿ ਉਦੋਂ ਦੇ ਅਮਰੀਕਾ ਦੀਆਂ ਜੇਲਾਂ ਵਿੱਚ ਬੈਠੇ ਉਹਨਾਂ ਸਿੱਖਾਂ ਦਾ ਕੀ ਬਣਿਆ ਕੀ ਉਹ ਅਜੇ ਵੀ ਜੇਲ੍ਹਾਂ 'ਚ ਸੜ ਰਹੇ ਹਨ ਜਾਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਨੂੰ ਸਲਾਈਮ 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 ਦੇ ਦਿੱਤੀ ਗਈ ਉਹਨਾਂ ਨਾਲ ਕੀ ਵਾਪਰਿਆ ਅੰਤ 'ਚ ਮੈਂ ਤੁਹਾਡਾ ਤੁਹਾਡੇ ਕੰਮ ਲਈ ਬਹੁਤ ਧੰਨਵਾਦ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਹਾਡਾ ਕਾਫਲਾ ਵਧੇ ਸਤਿਕਾਰ ਸਤ ਡਾਕਟਰ ਸਾਹਿਬ ਭੈਣ ਜੀ ਪ੍ਰੀਤ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹ ਬੜੇ ਸਨੇਹ ਨਾਲ ਲਿਖਦੇ ਨੇ ਔਰ ਜਿਵੇਂ ਉਹ ਨਾ ਸਿਰਫ ਐਡਮਾਇਰ ਕਰਦੇ ਨੇ ਉਹ ਇਹ ਸਾਰੇ ਨੂੰ ਪੂਰਾ ਇੱਕ ਫਰਦਰ ਆਪਣੇ ਗਿਆਨ ਨੂੰ ਐਕਸਪੈਂਡ ਕਰਨ ਲਈ ਐਸੇ ਦੇਖੋ ਟਾਕਿੰਗ ਪੁਆਇੰਟਸ ਹੁੰਦੇ ਨੇ ਜੀ ਜਿਨ੍ਹਾਂ ਦੀ ਦਿਲਚਸਪੀ ਹੈ ਜਾਂ ਪੈਸ਼ਨ ਹੈ ਜਾਂ ਜਾਨਣਾ ਚਾਹੁੰਦੇ ਨੇ ਉਹਨਾਂ ਨੂੰ ਫਰਦਰ ਪੜਨਾ ਪੈਂਦਾ ਹੈ ਰਿਸਰਚ ਕਰਨਾ ਪੈਂਦਾ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਸਾਡੇ ਦਰਸ਼ਕ ਹੋਣ بجائے ਕਿ ਕੁਸ਼ਤੇ ਲਈ ਇਹ ਕਾਨਰਾਸ ਹੋਏ ਕੁਸ਼ਤੇ ਲਈ ਜਸਟੇ ਹੋਏ ਕਿ ਜੀ ਚਲੋ ਸਾਨੂੰ ਖਬਰਾਂ ਦਾ ਪਤਾ ਲੱਗਦਾ ਹੈ ਅਸੀਂ ਸਮਝਦੇ ਆਂ ਕਿ ਵੈਸੇ ਹੀ ਜਦੋਂ ਅਸੀਂ ਗਿਆਨ ਦੀ ਗੱਲ ਕਰਦੇ ਆ ਕੋਈ ਸਾਨੂੰ ਤਾਂ ਜਿਵੇਂ ਹੁਣ ਨਿਊਟਨ ਜਿਹਨੇ ਫਿਜ਼ਿਕਸ ਦੀ ਦੁਨੀਆ ਜਾਂ ਸਾਇੰਸ ਦੀ ਦੁਨੀਆ ਚ ਕੀ ਕੁਝ ਨਹੀਂ ਦਿੱਤਾ ਜੀ ਤੇ ਜਦੋਂ ਉਹਦੇ ਅਖੀਰਲੇ ਦਿਨਾਂ ਚ ਉਸ ਨੂੰ ਕਿਸੇ ਨੇ ਪੁੱਛਿਆ ਸੀ ਕਿ ਜੀ ਤੁਸੀਂ ਤਾਂ ਇੰਨਾ ਗਿਆਨ ਦਾ ਭੰਡਾਰ ਔਰ ਤੁਸੀਂ ਇੰਨਾ ਕੁਝ ਮਨੁੱਖਤਾ ਨੂੰ ਦਿੱਤਾ ਕਿ ਅਸੀਂ ਹਮੇਸ਼ਾ ਜਿਹੜੀ ਹਿਊਮੈਨਿਟੀ ਹੈ ਤੁਹਾਡੀ ਸ਼ੁਕਰਗੁਜ਼ਾਰ ਰਹੇਗੀ ਤਾਂ ਉਹਨੇ ਕਿਹਾ ਵੀ ਨਹੀਂ ਇਹ ਗੱਲ ਠੀਕ ਨਹੀਂ ਹੈ ਜੀ ਮੈਂ ਤਾਂ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਹੀ ਅਜੇ ਖੇਡ ਰੇ ਮੈਂ ਤਾਂ ਅਜੇ ਉਸ ਗਿਆਨ ਦੇ ਸਮੁੰਦਰ ਚ ਵੜ ਹੀ ਨਹੀਂ ਸਕਿਆ ਜੀ ਜੀ ਸੋ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਟਰੈਵਲ ਵੀ ਕਰਦੇ ਹਾਂ ਜਾਂ ਇੱਥੇ ਵੀ ਸਾਨੂੰ ਉਹਨਾਂ ਸੱਜਣਾ ਪੈਣਾ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤੇ ਬਹੁਤ ਵਾਰ ਸਗੋਂ ਆਪਣੇ ਆਪ ਨੂੰ ਲੱਗਦਾ ਵੀ ਐਵੇਂ ਅਸੀਂ ਬਹੁਤ ਛੋਟੇ ਪੱਧਰ ਦੀਆਂ ਗੱਲਾਂ ਕਰਦੇ ਆ ਕਿੰਨੀ ਕਿੰਨੀ ਬਖਸ਼ਿਸ਼ ਵਾਲੇ ਔਰ ਕਿੰਨੇ ਉਹ ਨੇ ਜਿਹੜੇ ਕਿ ਕਿਸ ਸਦਕ ਨਾਲ ਸਾਬਤ ਕਦਮੀ ਨਾਲ ਜਿਹੜਾ ਉਹ ਇਸ ਗੁਰਮਤ ਗਿਆਨ ਦੇ ਰਸਤੇ ਤੇ ਤੁਰੇ ਹੋਏ ਨੇ ਜੀ ਸੋ ਭੈਣ ਜੀ ਦਾ ਸ਼ੁਕਰੀਆ ਉਹਨਾਂ ਨੇ ਡਾਕਟਰ ਸਿੰਥੀਆ ਕੈਪਲ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਉਹਨਾਂ ਤੱਕ ਪਹੁੰਚ ਗਈ ਹੈ ਔਰ ਮੈਂ ਬਾਕੀ ਵੀ ਦਰਸ਼ਕਾਂ ਨੂੰ শ্রোਤਿਆਂ ਨੂੰ ਰეკਮੈਂਡ ਕਰਾਂਗਾ ਮੇਰਾ خیال ਹੈ ਵੀ amazon.com ਦੇ ਉੱਤੇ ਇਹ अवेलेबल ਹੋਣੀ ਚਾਹੀਦੀ ਹੈ ਜੀ ਔਰ ਇਸ ਨੂੰ ਜ਼ਰੂਰ ਪੜ੍ਹਨ ਹਾਲਾਂਕਿ ਉਹਦੇ ਵਿੱਚ ਕੋਈ ਰਾਈਟਰ ਦੇ ਆਪਣੇ ਥਿਊ ਨਹੀਂ ਨੇ ਉਹ ਸਾਰੇ ਦਾ ਜਿਹੜਾ ਮੰਤਵ ਹੀ ਸੀ ਕਿ ਜਿਹੜੀ ਕਹਾਣੀ ਜਿਸ ਦੇ ਥਰੂ ਨੌਜਵਾਨ ਸਿੰਘ ਜਾਂ ਮੁਟਿਆਰਾ ਨਿਕਲੀਆਂ ਉਹਦੇ ਵਿੱਚ ਕੁਝ ਬੀਬੀਆਂ ਦਾ ਇੰਟਰਵਿਊ ਵੀ ਸੀ ਔਰ ਹਾਲਾਂਕਿ ਜਿੰਨੇ ਕੋ ਇੰਟਰਵਿਊ ਕਿਤਾਬ ਚਾਏ ਉਹ 1/10 ਸੀ ਜਿੰਨੇ ਟੋਟਲ ਹੋਏ ਕਿਉਂਕਿ ਅ ਦੇਗੋਂ ਤੁਸੀਂ ਪਬਲਿਸ਼ਰ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਪ੍ਰੈਸ ਨੇ ਉਹਨੂੰ ਛਾਪਿਆ ਜੀ ਫਿਰ ਪਬਲਿਸ਼ਰਸ ਦਾ ਵੀ ਔਰ ਤੁਸੀਂ ਉਹਦੇ ਚੋਂ ਕੁਝ ਕੀ ਰੱਖਦੇ ਹੋ ਔਰ ਇਹ ਬਹੁਤ ਲੰਬਾ 4-5 ਸਾਲ ਦਾ ਐਫਰਟ ਸੀ ਜਿਸ ਚੋਂ ਇਹ ਕਿਤਾਬ ਜਿਹੜੀ ਕਿ ਬਹੁਤ ਸਾਰੀ ਥਾਵਾਂ ਤੇ ਟੈਕਸਟ ਵੀ ਬਣੇ ਔਰ ਐਜ਼ ਐਨ ਐਕਸਪਰਟ ਵਿਟਨੈਸ ਔਰ ਡਾਕਟਰ ਸਿੰਥੀਆ ਦਾ ਰੋਲ ਸਿਰਫ ਇਥੋਂ ਤੱਕ ਹੀ ਮ hạnੂਦ ਨਹੀਂ ਸੀ ਕਿ ਉਹਨਾਂ ਨੇ ਕਿਤਾਬ ਲਿਖੀ ਸੋ ਕਨਫਰੰਸ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਐਕਸਪਰਟ ਵਿਟਨੈਸ ਦੀ ਬਦੌਲਤ ਸੈਂਕੜਿਆਂ ਨੌਜਵਾਨਾਂ ਨੂੰ ਜੇ ਹਜ਼ਾਰਾਂ ਨੂੰ ਨਹੀਂ ਜੀ ਅ ਅਸਾਈਲਮ ਵੀ ਮਿਲੀ ਉਹ ਕਦੇ ਅਮਰੀਕਾ ਦੇ ਅਦਾਲਤਾਂ ਚ ਇੱਕ ਐਕਸਪਰਟ ਵਿਟਨੈਸ ਨਹੀਂ ਸਨ ਇਵਨ ਇੰਗਲੈਂਡ ਚ ਆਸਟ੍ਰੇਲੀਆ ਦੂਸਰੀ ਥਾਵਾਂ ਤੇ ਵੀ ਉਹ ਜਾਂਦੇ ਰਹੇ ਔਰ ਉਹਨਾਂ ਨੇ ਸਿੱਖ ਕੌਮ ਨਾਲ ਆਪਣੀ ਮੁਹੱਬਤ ਨੂੰ ਬਾਖੂਬੀ ਜਿਹੜਾ ਸੱਚ ਦੇ ਦਾਇਰਾਕਾਰ ਤੋਂ ਔਰ ਮੈਂ ਸ਼ਾਇਦ ਅੱਗੇ ਵੀ ਇਹ ਕਹਿ ਐ ਸੀ ਕਿ ਜਦੋਂ ਮੈਂ ਇਸ ٹرسٹ ਨਾਲ ਜਿਸ ਕਿਸਮ ਦੇ ਜਿਸ ਲੈਵਲ ਦੇ ਇੰਟਰਵਿਊ ਸੀ ਉਹਨਾਂ ਦੇ ਨਾਲ ਕੋਆਰਡੀਨੇਟ ਕਰਦਾ ਸੀ ਜੀ ਤੇ ਉਹਨਾਂ ਨੇ ਮੈਨੂੰ ਅੰਗਰੇਜ਼ੀ ਚ ਇੱਕ ਦਿਨ ਕਿਹਾ ਕਿ ਵੀ ਜਿਵੇਂ ਫਰਸਟ ਨੇਮ ਲੈ ਕੇ ਅਮਰੀਕਨਿਕ ਦੂਜੇਨ ਵਰ ਐਡਰੈਸ ਕਰਦੇ ਨੇ ਕਿ ਵੀ ਤੁਸੀਂ ਮੇਰੇ ਤੇ ਇੰਨਾ ٹرسٹ ਕਰਦੇ ਹੋ ਤੁਹਾਨੂੰ ਜੇ ਕਿਉਂ ਲੱਗਦਾ ਹੈ ਕਿ ਜੋ ਮੈਂ ਲਿਖਾਂਗੀ ਤੁਹਾਡੇ ਹੱਕ 'ਚ ਹੀ ਜਾਏਗਾ ਜੀ ਤੇ ਮੈਂ ਉਹਨਾਂ ਨੂੰ ਕਹਿ ਜੀ ਗੱਲ ਇਹ ਹੈ ਕਿ ਵੀ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਹੈ ਕਿ ਤੁਸੀਂ ਇੱਕ ਸੱਚੇ ਇਨਸਾਨ ਹੋ ਔਰ ਸਾਡਾ ਕੇਸ ਖਾਲਸਤਾਨ ਦਾ ਜਿਹੜਾ ਉਹ ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟੀਨੀ ਨੂੰ ਸਹਿ ਸਕਦਾ ਹੈ ਔਰ ਉਸ ਉਸ ਸਕਰੂਟੀਨੀ ਚੋ ਜੋ ਵੀ ਸਾਹਮਣੇ ਆਏਗਾ ਉਹ ਸਾਡੇ ਹੱਕ 'ਚ ਹੀ ਹੋਏਗਾ ਕਿਉਂਕਿ ਸਾਡਾ ਕੇਸ ਸੱਚ ਹੱਕ ਇਨਸਾਫ ਤੇ ਆਧਾਰਿਤ ਹੈ ਜੀ ਔਰ ਮੈਂ ਸਮਝਦਾ ਕਿ ਵੀ ਬੀਬੀ ਨੇ ਨਾ ਸਿਰਫ ਉਸ ਕਿਤਾਬ ਚ ਓਵਰਆਲ ਵੀ ਉਸ ਸੱਚ ਦੇ ਨਾਲ ਆਪਣਾ ਜਿਹੜਾ ਉਹਨਾਂ ਦਾ ਨੇਹ ਹੈ ਉਸ ਨੂੰ ਨਿਭਾਇਆ ਚੰਗੀ ਗੱਲ ਹੈ ਐਂਜੀ ਪ੍ਰੀਤ ਨੇ ਉਹਨੂੰ ਕਿਤਾਬ ਮਿਲ ਗਈ ਹੈ ਉਹ ਪੜਨਗੇ ਜਾਂ ਪੜ ਰਏ ਹੋਣਗੇ ਜੀ ਔਰ ਦੂਸਰਾ ਜਿਹੜਾ ਉਹਨਾਂ ਨੇ ਸਵਾਲ ਪੁੱਛਿਆ ਵੀ ਉਹਨਾਂ ਸਿੱਖਾਂ ਦਾ ਕੀ ਬਣਿਆ ਕਿਉਂਕਿ ਅਸੀਂ ਜ਼ਿਕਰ ਕੀਤਾ ਸੀ ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਉਸ ਕੇਸ ਬਾਰੇ ਜਿਹੜਾ ਉਹਨਾਂ ਨੇ ਇੰਡੀਅਨ ਗਵਰਨਮੈਂਟ ਦੇ ਖਿਲਾਫ ਯੂ ਐਸ ਕੋਰਟਸ 'ਚ ਦਾਇਰ ਕੀਤੇ ਜੀ ਅ ਜਿਸ ਜਿਹੜੇ ਵੀ 70 80 ਸਿੰਘ ਜਿਨ੍ਹਾਂ ਦੇ ਨਾਲ ਅਸੀਂ ਮਿਲੇ ਸੀ ਉਹਨਾਂ 'ਚੋਂ ਇੱਕ ਜਾਂ ਦੋ ਸੀ ਜਿਹੜੇ ਆਲਰੇਡੀ ਦੇ ਚੁੱਕੇ ਸੀ ਇਹ ਲਿਖ ਕੇ ਕਿ ਸਾਨੂੰ ਰਿਪੋਰਟ ਕੀਤਾ ਜਾਏ ਉਹ ਰਿਪੋਰਟ ਹੋਏ ਸੀ ਬਾਕੀ ਆਲਮੋਸਟ ਸਾਰੇ ਜਿਹੜੇ ਨੇ ਉਹ ਕੁਝ ਹਫ਼ਤਿਆਂ ਬਾਅਦ ਹੀ ਬਾਹਰ ਆ ਗਏ ਸੀ ਔਰ ਉਹਨਾਂ ਨੂੰ ਜਿਹੜਾ ਉਹ ਅਸਾਈਲਮ ਵੀ ਮਿਲੀ ਜੀ ਸਗੋਂ ਕਿਉਂਕਿ ਭਾਈ ਕੁਲਵੀਰ ਸਿੰਘ ਬੜਾ ਪਿੰਡ ਨਾਲ ਸੰਬੰਧਤ ਕੇਸ ਸੀ ਉਸ ਲਈ ਜ਼ਿਕਰ ਹੋਇਆ ਮੈਂ ਪਿਛਲੇ ਵੀਕਐਂਡ ਤੇ ਇਸ ਤੋਂ ਪਹਿਲਾਂ ਕਿਉਂਕਿ ਨਿਊਯਾਰਕ ਸੀ ਔਰ ਉੱਥੋਂ ਅਦਲ ਖਾਲਸਾ ਦੇ ਪ੍ਰੈਜ਼ੀਡੈਂਟ ਭਾਈ ਹਰਜਨਜੀਤ ਸਿੰਘ ਤਾਂ ਮੈਂ ਵੀ ਆਏ ਹੋਏ ਸੀ ਉਸ ਮਾਮਲੇ ਨੂੰ ਸ਼ਾਮਲ ਹੋਣ ਲਈ ਜੀ ਤਾਂ ਅਸੀਂ ਖੜੇ ਗੱਲਾਂ ਕਰ ਰਹੇ ਸੀ ਉਹਨਾਂ ਨੇ ਤਾਂ ਹਮੀ ਸਾਹਿਬ ਨੇ ਫਿਲਡੈਲਫੀਆ ਜਾਣਾ ਸੀ ਉਹਨਾਂ ਦਾ ਸੰਡੇ ਦਾ ਦਿਵਾਨ ਉੱਥੇ ਸੀ ਤੇ ਸਿੰਘ ਚੰਗੇ ਕਦਾਵਰ 6 ਫੁੱਟ ਤੋਂ ਉੱਪਰ ਕਾਦ ਹੋਏਗਾ ਕਿ ਮਿਲੇ ਉਹਨਾਂ ਨੂੰ ਵੀ ਮਿਲੇ ਬੜੇ ਸਨੇਹ ਨਾਲ ਮੈਨੂੰ ਵੀ ਮਿਲੇ ਔਰ ਗੱਲ ਚੱਲ ਰਹੀ ਸੀ ਉਸੇ ਮੈਂ ਉਹਨਾਂ ਨੂੰ ਕਿਹਾ ਵੀ ਕੀ ਕਰਦੇ ਹੋ ਉਹਨਾਂ ਨੇ ਕਿਹਾ ਕਿ ਜੀ ਇੱਥੇ ਗੈਸ ਸਟੇਸ਼ਨ ਹੈ ਔਰ ਕੋਈ ਹੋਰ ਵੀ ਕਾਰੋਬਾਰ ਹੈ ਜੀ ਤੇ ਉਹ ਮੇਰੇ ਵੱਲੋਂ ਹਟ ਕੇ ਫਿਰ ਤਾਮੀ ਸਾਹਿਬ ਨੂੰ ਕਹਿਣ ਲੱਗੇ ਜੀ ਅਸੀਂ ਜੋ ਵੀ ਐ ਅੱਜ ਬਾਹਰ ਐ ਜਾਂ ਦੂਜੇ ਐ ਤੇ ਅਸੀਂ ਮੇਰੇ ਵੱਲ ਇਸ਼ਾਰਾ ਕਰਕੇ ਕਿ ਇਹਨਾਂ ਦੀ ਬਦੌਲਤ ਉਹਨਾਂ ਨੇ ਕਿਹਾ ਜੀ ਕਿ ਤੋਂ ਇਹਨਾਂ ਅਸੀਂ ਐਲ ਪਾਸੋ ਟੈਕਸਾਸ ਦੀ ਜੇਲ੍ਹ ਚ ਸੀ 60 70 ਬੰਦੇ ਸਾਲ 1.5 ਸਾਲ ਤੋਂ ਅਸੀਂ ਸਾਨੂੰ ਕੋਈ ਉੱਥੇ ਮਿਲਣ ਵੀ ਨਹੀਂ ਸੀ ਆ ਸਕਦਾ ਤੇ ਫਿਰ ਮੈਨੂੰ ਇੱਕਦਮ ਉਹ ਯਾਦ ਆਇਆ ਕਿ ਕਿਵੇਂ ਉੱਥੋਂ ਇੱਕ ਜਿਹੜੇ ਸੱਜਣ ਨੇ ਮੈਨੂੰ ਜਿਹੜਾ ਲਿਖਿਆ ਚਿੱਠੀ ਆਈ ਉਹਨਾਂ ਨੇ ਕਿਹਾ ਜੀ ਇੱਥੇ ਅਸੀਂ 70 80 ਬੰਦੇ ਆਂ 1.5 ਸਾਲ ਹੋ ਗਿਆ ਹੈ ਔਰ ਇਹ ਵੀ 1992 93 ਪੀਰੀਅਡ ਦੀ ਗੱਲ ਹੈ ਵੀ ਇੱਥੇ ਨਾ ਸਾਡੇ ਕੋਲ ਕੋਈ ਮਿਲਣ ਸਾਨੂੰ ਮੁਲਾਕਾਤ ਦਿੰਦੇ ਨਹੀਂ ਔਰ ਸਾਡਾ ਕੋਈ ਛਟਕਾਰਾ ਨਹੀਂ ਹੈ ਜੀ ਔਰ ਉਹਨੇ ਪਤ ਨਹੀਂ ਕਿਵੇਂ ਉਹ ਨੰਬਰ ਜਾਂ ਦੂਸਰਾ ਲਿਆ ਚਲੋ ਅਸੀਂ ਮੈਨੂੰ ਯਾਦ ਹੈ ਕਿ ਵੀ ਉਹਨਾਂ ਨੂੰ ਪਹਿਲਾਂ ਤਾਂ ਅਸੀਂ ਜਾ ਕੇ ਮਿਲੇ ਹਿਊਸਟਨ ਆਏ ਹਿਊਸਟਨ ਵਾਲੇ ਜਿਹੜੀ ਕਮੇਟੀ ਨੂੰ ਤਿਆਰ ਕੀਤਾ ਕਿ ਵੀ ਉੱਥੇ ਇੱਕ ਮਿਸਟਰ ਕਮਰ ਸਿੰਘ ਸਨ ਦਿੱਲੀ ਦੇ ਸਿਕ ਸਨ ਦਿੱਲੀ ਉਹਨਾਂ ਦਾ ਘਰ ਸੀ ਉਹ ਐਲਪਾਸ ਉਹ ਚ ਹੀ ਰਹਿੰਦੇ ਸੀ ਕਿਉਂਕਿ ਐਲਪਾਸ ਉਹ ਕੋਈ ਸਿੱਖ ਨਹੀਂ ਸੀ ਉਦੋਂ ਬਹੁਤੇ ਜੀ ਸੋ ਉਹਨਾਂ ਨੇ ਜਾ ਕੇ ਲੱਭਿਆ ਵੀ ਕਿਵੇਂ ਕੀ ਜ਼ਰੀਆ ਹੈ ਸੋ ਅਸੀਂ ਮੁਲਾਕਾਤ ਲਈ ਗਏ ਔਰ ਜਿਵੇਂ ਮੈਨੂੰ ਤਾਂ ਭੁੱਲ ਵੀ ਗਿਆ ਸੀ ਇਹ ਸਾਰਾ ਤੇ ਉਹ ਸਿੰਘ ਹੀ ਕਹਿਣ ਲੱਗੇ ਕਹਿੰਦੇ ਜੀ ਇੰਨਾ ਕਿ ਮੈਨੂੰ ਯਾਦ ਸੀ ਕਿ ਜਿਹਨਾਂ ਨੇ ਮੈਨੂੰ ਕਮਿਊਨੀਕੇਟ ਕੀਤਾ ਉਹਨਾਂ ਨੂੰ ਮੈਂ ਕਿਹਾ ਵੀ ਦੇਖੋ ਗੁਰੂ ਬੰਦੀ ਛੋੜ ਹੈ ਜੀ ਬਾਬੇ ਦੇ ਹੱਥ ਸਭ ਕੁਝ ਹੈ ਤੇ ਇਹ ਅਸੀਂ ਪ੍ਰਬੰਧ ਕਰਦੇ ਆਂ ਵੀ ਉਹ ਕਹਣਗੇ ਜੀ ਸਿੱਧੇ ਤੌਰ ਤੇ ਅਸੀਂ ਕੋਈ ਕਿਤਾਬ ਨਹੀਂ ਲੈ ਸਕਦੇ ਮੈਂ ਕਿ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਭਜਵਾ ਦਿੰਨੇ ਅੰਦਰ ਤੁਸੀਂ ਜਿੰਨੇ ਕੁ ਵੀ ਜਿਨ੍ਹਾਂ ਨੂੰ ਤੁਹਾਨੂੰ ਪੰਜਾਬੀ ਪੜ੍ਹਨੀ ਆਂਦੀ ਹੈ ਬਾਣੀ ਪੜ੍ਹ ਸਕਦੇ ਹੋ ਜੀ ਸਿਰ ਟੱਕ ਕੇ ਪੜਿਓ ਬਾਕੀ ਕੋਈ ਨਹੀਂ ਹੈ ਗੁਰੂ ਜਿਹੜੇ ਨੇ ਉੱਥੇ ਤੁਸੀਂ ਜੇ ਪ੍ਰੋਪਰ ਤੁਹਾਨੂੰ ਕੋ ਥਾਂ ਤਾਂ ਨਹੀਂ ਦੇਣੀ ਉਹਨਾਂ ਨੇ ਪ੍ਰਾਈਵੇਟ ਜੀ ਤੇ ਮੈਂ ਕਿਹਾ ਵੀ ਇਹ ਗੁਰੂ ਦੇ ਅੱਗੇ ਅਰਦਾਸ ਕਰੋ ਔਰ ਸਤਿਗੁਰੂ ਜਿਹੜਾ ਉਹ ਬੰਦੀ ਛੋੜ ਏ ਸੋ ਅਸੀਂ ਹਿਊਸਟਨ ਤੋਂ ਗੁਰਦੁਆਰਾ ਕਮੇਟੀ ਉਸ ਕਵਰ ਸਾਹਿਬ ਰਾਈ ਅਸੀਂ ਉਹਨਾਂ ਤੋਂ ਇਜਾਜ਼ਤ ਵੀ ਲੈ ਲਈ ਜੇਲ੍ਹ ਅਧਿਕਾਰੀ ਨੂੰ ਮਿਲੇ ਅੰਦਰ ਦੀਵਾਨ ਸਜੇ ਔਰ ਜਦੋਂ ਅਸੀਂ ਮਿਲਣ ਗਏ ਕਿਉਂਕਿ ਇਹ ਸਾਰੇ ਸਮੇਂ ਚ 2 ਮਹੀਨੇ ਦਾ ਸਮਾਂ ਲੱਗ ਗਿਆ ਸਹਿਜਪਾ ਉਦੋਂ ਹੀ ਉਹਨਾਂ ਦਾ ਪਾਠ ਤਿਆਰ ਸੀ ਅਸੀਂ ਉਹਨਾਂ ਨੂੰ ਦੇਖ ਵੀ ਲੈ ਕੇ ਗਏ ਔਰ ਪਾਠ ਦਾ ਭੋਗ ਪਾਇਆ ਜੀ ਔਰ ਜੇਲ੍ਹ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਸੀ ਮੈਨੂੰ ਯਾਦ ਹੈ ਕਿ ਵੀ ਘੰਟਾ ਡੇਢ ਘੰਟਾ ਚੱਲੀ ਬੜੇ ਹੌਸਟਾਈਲ ਸੀ ਉਹ ਜਿਵੇਂ ਹੁੰਦਾ ਹੀ ਹੈ ਪਰ ਐਂਡ ਤੱਕ ਪਹੁੰਚਦੇ ਆ ਜੋ ਵੀ ਹੈ ਮੈਂ ਸਮਝਦਾ ਵੀ ਇਹ ਗੁਰੂ ਦੀ ਆਪਣੀ ਕਲਾ ਹੁੰਦੀ ਹੈ ਜੀ ਔਰ ਇਹ ਬਾਣੀ ਦਾ ਕ੍ਰਿਸ਼ਮ ਹੈ ਨਾ ਕਿ ਕੋਈ ਮੇਰੀ ਚਤਰਾਈ ਹੈ ਜਾਂ ਮੇਰੀ ਕੋਈ ਆਰਗੂਮੈਂਟ ਕਰਨ ਦੀ ਸਕਿੱਲ ਹੈ ਜੀ ਸੋ ਮਹਾਰਾਜ ਦੀ ਬਖਸ਼ਿਸ਼ ਤੇ ਨਾਲ ਉਹਦੇ ਚ ਵੀ ਤਿੰਨ ਕਸੀ ਜਿਹੜੇ ਇੰਨੇ ਕ ਦੁਖੀ ਸੀ 1.5 ਸਾਲ ਦਾ ਜਿਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਸਾਨੂੰ ਵਾਪਸ ਭੇਜ ਦਿਓ ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹਨਾਂ ਦੇ ਬੌਂਡ ਹੋਣੇ ਨਾਲ ਦੀ ਨਾਲ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਹੀ ਸ਼ੁਰੂ ਹੋ ਗਏ ਸੀ ਔਰ ਦੋ ਤਿੰਨ ਹਫ਼ਤੇ ਦੇ ਵਿੱਚ ਸਾਰੇ ਬਾਹਰ ਆ ਗਏ ਸੀ ਸੋ ਉਹ ਕਹਿ ਕਿ ਉਸ ਸਿੰਘ ਉਹਨਾਂ ਨੂੰ ਤਾਂ ਅਮੀ ਸਾਹਿਬ ਨੂੰ ਕਹਿਣ ਲੱਗੇ ਜੀ ਇਹ ਇਹਨਾਂ ਦੇ ਉੱਤੇ ਮੈਨੂੰ ਭੁੱਲ ਵੀ ਗਿਆ ਹੋਇਆ ਸੀ ਇਸ ਮੈਂ ਸਮਝਦਾ ਹਾਂ ਵੀ ਇਹ ਗੁਰੂ ਦੀ ਆਪਣੀ ਕਲਾ ਹੈ ਕਿ ਜਿੱਥੇ ਵੀ ਚਲੋ ਸਾਡਾ ਯਤਨ ਵੀ ਰਿਹਾ ਔਰ ਇਸ ਕਰਕੇ ਕਈ ਵਾਰੀ ਮੈਨੂੰ ਥੋੜਾ ਜਿਹਾ ਗਿਲਾ ਜਾਂ ਅਫਸੋਸ ਵੀ ਹੁੰਦਾ ਔਰ ਮੈਂ ਅਕਸਰ ਹੁਣ ਆਪਣੀਆਂ ਸਪੀਚਸ ਮੈਂਸ਼ਨ ਵੀ ਕਰਦਾ ਕਿ ਅਮਰੀਕਾ ਦੀ ਧਰਤੀ ਤੇ ਜੇ ਜ਼ਿਆਦਾ ਨਹੀਂ ਤੇ ਦੋ ਤਿੰਨ ਲੱਖ ਇਸ ਕਿਸਮ ਦੇ ਪਰਿਵਾਰ ਨੇ ਕੁੱਲ ਮਿਲਾ ਕੇ ਗਿਣਤੀ ਜਿਹੜੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਇੱਥੇ ਪੱਕੇ ਹੋਏ ਨੇ ਪੋਲੀਟੀਕਲ ਸਾਇਲੰਡ ਔਰ ਅਜੇ ਵੀ ਹੋ ਰਹੇ ਨੇ ਜੀ ਪਾਉਂ ਚੂਠ ਹੀ ਹੁੰਦਾ ਹੈ ਉਹ ਸਾਰੇ ਦਾ ਪਰ ਇੰਨੇ ਕਿਰਤਕਣ ਤੇ ਕਿ ਵੀ ਇਹਨਾਂ ਚੋਂ ਬਹੁਤ ਸਾਰੇ ਮੁੜ ਕੇ ਕਹਿੰਦੇ ਇਹੋ ਜੇ ਵੀ ਨੇ ਜਿਹੜੇ ਕੇਸ ਤੱਕ ਸਿੱਖੀ ਸਰੂਪ ਰੱਖਿਆ ਹੁੰਦਾ ਕਿ ਜਦਨ ਕੇਸ ਅਪਰੂਵ ਹੁੰਦਾ ਉਹਦਨ ਸਿਰ ਮੋਨਾ ਕੇ ਉਹ ਪਾਸਪੋਰਟ ਦੂਜਾ ਰੱਖਿਆ ਹੁੰਦਾ ਨੇਪਾਲ ਪਹੁੰਚ ਜਾਂਦੇ ਸੀ ਉੱਥੋਂ ਇੰਡੀਆ ਚਲੇ ਜਾਂਦੇ ਸੀ ਜਾ ਇੱਥੇ ਫਿਰ ਉਹ दारू ਪੀ ਕੇ ਜਹਾਰੂਆਂ ਨੂੰ ਗਾਣਾ ਕੱਢਣ ਵਾਲਾ ਕੰਮ ਹੁੰਦਾ ਔਰ ਉਹਨਾਂ ਚੋਂ ਤੁਸੀਂ ਬਹੁਤਿਆਂ ਦਾ ਦੇਖਦੇ ਹੀ ਨਹੀਂ ਕਿ ਉਹਨਾਂ ਨੇ ਕਦੇ ਕੋਈ ਕੌਮ ਨੂੰ ਕੋਈ ਬੈਕ ਦਿੱਤਾ ਹੋਇਆ ਕਿ ਭਾਈ ਕਿੱਥੇ ਲੋਕ ਇੱਥੇ 20-20 ਸਾਲ ਤੱਕੇ ਖਾਂਦੇ ਸੀ ਔਰ ਕੋਈ ਉਹਨਾਂ ਨੂੰ ਜਿਹੜਾ ਇੱਥੇ ਉਹਨਾਂ ਦੇ ਕੋਈ ਪੱਕੇ ਹੋਣ ਦਾ ਰਸਤਾ ਨਹੀਂ ਸੀ ਹੁੰਦਾ ਸੋ ਇਹ ਜ਼ਰੂਰ ਹੈ ਔਰ ਕਈ ਵਾਰੀ ਫਿਰ ਲੱਗਦਾ ਹੈ ਕਿ ਵੀ ਇਹ ਸਾਰੇ ਜਿਹੜਾ ਕਿਰਤਕਾਣਾਂ ਦੀ ਇੰਨੀ ਲੰਬੀ ਫੌਜ ਹੈ ਉੱਥੋਂ ਵਾਲਿਆਂ ਦਾ ਤਾਂ ਜੋ ਹੈ ਸੋ ਹੈ ਹੀ ਹੈ ਜੀ ਜੀ ਪਰ ਫਿਰ ਵੀ ਜਿਵੇਂ ਇੱਕ ਵਾਰੀ ਸਰਸਮਨ ਜੀ ਸਿੰਘ ਮਾਨ ਆਏ ਕਿਉਂਕਿ ਉਹਨਾਂ ਦੇ ਨਾਂ ਥੱਲੇ ਬਹੁਤ ਸਾਰੇ ਪੱਕੇ ਹੋਏ ਨੇ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੇ ਮੈਂ ਇਹ ਟੌਪਿਕ ਚੱਲ ਰਿਹਾ ਸੀ ਤੇ ਮੈਂ ਵੀ ਕਿਹਾ ਮੈਂ ਕਿਹਾ ਚਲੋ ਮੈਨੂੰ ਤਾਂ ਇਹ ਹੁੰਦਾ ਹੈ ਕਿ ਵੀ ਹੈ ਤਾਂ ਭਾਵੇਂ ਝੂਠ ਵੀ ਬੋਲਦੇ ਹੋਣ ਪਰ ਜਿਨ੍ਹਾਂ ਬਾਪਿਓ ਨੇ ਭੇਜਿਆ ਉਹਨਾਂ ਨੇ 20-25 ਲੱਖ ਏਜੰਟਾਂ ਨੂੰ ਜ਼ਮੀਨ ਵੇਚ ਕੇ ਦਿੱਤਾ ਹੋਣਾ ਹੈ ਭੈਣ ਇੰਤਜ਼ਾਰ ਕਰਦੇ ਹੋਣੇ ਵੀ ਭਰਾ ਬਾਹਰ ਗਿਆ ਹੈ ਪੈਸੇ ਭੇਜੇਗਾ ਤਾਂ ਮੇਰਾ ਵਿਆਹ ਹੋਏਗਾ ਬਾਪੂ ਡੀਕਦਾ ਹੋਣਾ ਵੀ ਕਰਜ਼ਾ ਰੱਥੇਗਾ ਜੀ ਸੋ ਮੈਂ ਕਿਹਾ ਵੀ ਇੰਨਾ ਕਿ ਅਸੀਂ ਕਹਿ ਸਕਦੇ ਹਾਂ ਕਿ ਭਾਈ ਆਰਥਿਕ ਤੌਰ ਤੇ ਬਹੁਤ ਸਾਰੇ ਘਰਾਂ ਜੁੱਥੇ ਰੋਟੀ ਇਸ ਲਈ ਬੱਕਦੀ ਹੈ ਕਿ ਇਥੋਂ ਚਾਰ ਪੈਸੇ ਜਾਂਦੇ ਨੇ ਪਰ ਇਹ ਅਫਸੋਸ ਦੀ ਗੱਲ ਹੈ ਕਿ ਇਹਨਾਂ ਚੋਂ ਆਲਮੋਸਟ ਮੈਜੋਰਟੀ ਮੈਜੋਰਟੀ ਕੀ ਥੋੜੇ ਅਗ ਨੂੰ ਛੱਡ ਕੇ ਇਹਨਾਂ ਚੋ ਵੱਡਾ ਤਬਕਾ ਜਿਹੜਾ ਹੈ ਉਹ ਕਿਰਤ ਕਾਣੀ ਹੈ ਇਹ ਕਹਿੰਦੇ ਮੈਨੂੰ ਹੁਣ ਕੋਈ ਝਿਜਕ ਨਹੀਂ ਹੈ ਜੀ ਔਰ ਇਹ ਦੁੱਖ ਦੀ ਗੱਲ ਹੈ ਜੀ ਜੀ ਬਿਲਕੁਲ ਪਰ ਚਲੋ ਅਸੀਂ ਆਪਣਾ ਫਰਜ਼ ਪੂਰਾ ਕਰਦੇ ਹਾਂ ਉਹ ਇੱਕ ਪ੍ਰੀਤ ਨਗਰ ਤੋਂ ਹੀ ਇਹਨਾਂ ਦਾ ਤੇਜਾ ਸਿੰਘ ਕੋਲੀ ਸ਼ਾਰਟ ਸਟੋਰੀ ਰਾਈਟਰ ਹੁੰਦੇ ਸੀ ਕਾਫੀ 70s 80s ਉਹਨਾਂ ਦੀ ਕਹਾਣੀ ਸੀ ਤੇ ਕਹਾਣੀ ਦੇ ਕੰਕਲੂਜਨ ਚ ਉਹਨਾਂ ਨੇ ਇੱਕ ਕਪਨੇਟ ਲਿਖਿਆ ਕਿ ਬੁਰਾ ਨਾਲ ਸਭ ਬੁਰਾ ਕਰਨ ਪੇ ਬੁਰੇ ਨਾਲ ਸਭ ਬੁਰਾ ਕਰਨ ਪੈ ਮਾਫ ਕਰਨ ਕਈ ਸਿਆਣੇ ਬੁਰਿਆਂ ਨਾਲ ਫਿਰ ਨੇਕੀ ਕਰਨੀ ਹੈ ਗੁਰੂ ਨਾਨਕ ਜਾਣੇ ਜੀ ਕਿ ਦੁਨੀਆ ਇਹ ਹੈ ਕਿ ਜਿਹੜਾ ਬੁਰਾ ਕਰਦਾ ਉਹ ਬੁਰਾ ਕਰੋ ਐਨ ਆਈ ਫਰ ਐਨ ਆਈ ਐਨ ਐਪਲ ਫਰ ਐਨ ਐਪਲ ਜੀ ਕੋਈ ਬਹੁਤ ਹੋਰ ਹੋਏਗਾ ਵੱਡੇ ਦਿਲ ਦਾ ਹੋਵੇਗਾ ਚਲੋ ਮਾਫ ਕਰੋ ਜੀ ਬੁਰੇ ਨਾਲ ਸਭ ਬੁਰਾ ਕਰਨ ਪੈ ਮਾਫ ਕਰਨ ਕਈ ਸਿਆਣੇ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਇਹ ਗੁਰੂ ਨਾਨਕ ਦੇ ਕਰਦਾ ਇਹ ਸਿਧਾਂਤ ਹੈ ਸੋ ਅਸੀਂ ਸਮਝਦੇ ਆਂ ਵੀ ਚਲੋ ਅਸੀਂ ਆਪਣਾ ਫਰਜ਼ ਅਦਾ ਕਰਦੇ ਜੀ ਪੰਜ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਸ ਸਸਨਾਲਾ ਨੇ ਆਪਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਵਕਤ ਪੇ ਤਬਾ